ਹੈਲੋ ਗਾਈਸ, ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਅਤੇ ਕਿਹੜਾ ਅੱਜ ਦਾ ਵਲੋਗ ਆਪਾਂ ਸਟਾਰਟ ਕੀਤਾ ਵਾ, ਆਪਣੀ ਬਾਈਕ ਲਈ ਪੈਨੀਅਰ ਲੈਣ ਜਾ ਰਿਹਾ ਟੋਪਬੋਕਸ। ਇੱਥੋਂ ਅੰਮ੍ਰਿਤਸਰ ਜਾ ਰਿਹਾ ਮੈਂ ਇਸ ਟਾਈਮ, ਤੁਸੀਂ ਦੇਖ ਰਹੇ ਹੋ, ਠੀਕ ਆ ਜੀ। ਅੰਮ੍ਰਿਤਸਰ ਜਾਵਾਂਗਾ, ਉੱਥੋਂ ਆਪਣੇ ਸੋਨੂ ਭਾਅ ਜੀ ਹੈਗੇ ਆ, ਉਹਨਾਂ ਕੋਲੋਂ ਟੋਪਬੋਕਸ ਮੰਗਵਾਇਆ ਸੀ, ਉਹ ਆ ਚੁੱਕਿਆ ਵਾ, ਅਤੇ ਉਹ ਉਹਨਾਂ ਕੋਲੋਂ ਲੈ ਕੇ ਅਤੇ ਆਪਾਂ ਬਟਾਲੇ ਆਵਾਂਗੇ, ਅਤੇ ਕੱਲ੍ਹ ਆਪਾਂ ਰਾਈਡ 'ਤੇ ਨਿਕਲਾਂਗੇ, ਬਾਈਕ ਰਾਈਡ 'ਤੇ ਆਫਟਰ ਲੌਂਗ ਟਾਈਮ। ਚਲੋ ਮੈਂ ਤੁਹਾਨੂੰ ਮਿਲਦਾ ਅੰਮ੍ਰਿਤਸਰ ਜਾ ਕੇ ਹੀ। ਉਹ ਗਾਈ, ਸਾਹਮਣੇ ਸਨਸੈਟ ਦੇਖੋ ਕਿੰਨਾ ਸੋਹਣਾ ਵਾ, ਵਿਊ ਕਿੰਨਾ ਸੋਹਣਾ ਲੱਗ ਰਿਹਾ ਨਾ। ਓ ਮਾਈ ਗੋਡ, ਸੋ ਬਿਊਟੀਫੁਲ ਗਾਈਸ। ਲਓ ਜੀ ਲਓ, ਆਪਾਂ ਪਹੁੰਚ ਗਏ ਸੰਦੀਪ ਭਾਈ ਦੀ ਦੁਕਾਨ 'ਤੇ, ਉਹ ਇੱਥੋਂ ਰਾਈਟ ਹੋ ਗਏ, ਇੱਥੇ ਆਪਾਂ ਰਾਈਟ ਲਵਾਂਗੇ ਪਿੱਛੇ ਦੇਖ ਕੇ, ਅਤੇ ਇੱਥੇ ਇਹ ਰਹੀ ਸਾਹਮਣੇ ਸੰਦੀਪ ਭਾਈ ਦੀ ਦੁਕਾਨ। ਸੰਦੀਪ ਭਾਈ ਦੀ ਹੈ ਸਾਹਮਣੇ ਹਿੰਦੁਸਤਾਨ ਮੋਟਰਸ। ਇਹ ਮੋੜ ਬੜਾ ਛੋਟਾ ਹੈ। ਉੱਧਰ ਸਾਈਡ 'ਤੇ ਲਵਾੜਦੇ ਹਾਂ। ਬਸ ਵਧੀਆ, ਦੇਖੋ ਬਈ ਮੌਸਮ ਠੰਡਾ ਕਰਤਾ ਹੀ ਹੈ। ਹੋਰ ਸੁਣਾਓ। ਲਓ ਜੀ, ਆਪਣਾ ਨਵਾਂ ਟੋਪਬੋਕਸ ਬਾਈਕ ਦਾ ਆ ਚੁੱਕਿਆ। ਮਿਸ਼ਰਾ ਜੀ ਫਿਟਿੰਗ ਕਰ ਰਹੇ ਨੇ, ਫਿਟਿੰਗ ਕਰਕੇ ਫਿਰ ਤੁਹਾਨੂੰ ਵਿਖਾਉਂਦੇ ਕਿੱਦਾਂ ਦਾ ਲੱਗਦਾ। ਪਿੱਛੇ ਲੱਗਾ ਆਪਣੀ ਬਾਈਕ 'ਤੇ ਟੋਪਬੋਕਸ ਲੱਗ ਚੁੱਕਿਆ। ਆਹ ਪਲੇਟ ਥੱਲੇ ਲੱਗਦੀ ਆ, ਉਹਦੇ ਉੱਪਰ ਆਹ ਪਲੇਟ, ਇਹ ਪਲੇਟ ਨਾਲ ਹੀ ਆਉਂਦੀ ਆ ਟੋਪਬੋਕਸ ਦੇ, ਆਹ ਤੁਹਾਨੂੰ ਵੱਖਰੀ ਲਵਾਉਣੀ ਪੈਂਦੀ ਆ, ਠੀਕ ਆ ਜੀ। ਇਹਦੇ ਉੱਪਰ ਟੋਪਬੋਕਸ ਹੈਂਡਲ ਹੋਊਗਾ। ਮਿਸ਼ਰਾ ਜੀ ਆਹ ਦੋ ਕੁ ਨਾਟੀ ਕੱਸਣੇ ਇਹਨੂੰ ਬਸ, ਅਤੇ ਹੋ ਜਾਣਾ ਫਿੱਟ। ਚਾਰ ਮਿੰਟ ਹੈਗੇ, ਚਾਰ ਮਿੰਟ ਠੀਕ ਆ, ਮਤਲਬ ਪੱਕਾ ਜਾਊਗਾ ਨਹੀਂ ਕਿਤੇ ਟੋਇਆ ਟੋਇਆ 'ਚ ਕਿਵੇਂ ਆਫ ਰੋਡਿੰਗ ਉੱਤੇ? ਓਕੇ, ਆਪਾਂ ਸੰਦੀਪ ਭਾਅ ਜੀ ਕੋਲ ਆਏ ਹਾਂ ਟੋਪਬੋਕਸ ਲਵਾਉਣ ਲਈ। ਅਗਰ ਇਹਨੇ ਵੀ ਲਵਾਉਣਾ ਹੋਏ ਤਾਂ ਇੱਥੇ ਤੁਸੀਂ ਆ ਸਕਦੇ ਹੋ। ਭਾਅ ਜੀ ਆਪਣਾ ਐਡਰੈਸ ਅਤੇ ਆਪਾਂ ਨੂੰ ਇਹਦਾ ਰੇਟ ਦੱਸ ਦਿਓ ਕੀ ਪਊਗਾ। ਰੇਲਵੇ ਰੋਡ 'ਤੇ ਮੇਰੀ ਸ਼ੋਪ ਹੈ, ਬਾਈ ਨੇਮ ਹਿੰਦੁਸਤਾਨ ਮੋਟਰਸਾਈਕਲ ਵਰਲਡ, ਅਤੇ ਰੇਟ ਆਪਾਂ ਉਹ ਲਾਵਾਂਗੇ ਜਿਹੜਾ ਕਿਤੇ ਵੀ ਨਹੀਂ ਮਿਲੇਗਾ। ਇਹ ਗਰੰਟੀ ਹੈ ਭਾਈ ਵਾਲਾ ਰੇਟ ਤੁਹਾਨੂੰ ਪੂਰੇ ਅੰਮ੍ਰਿਤਸਰ ਪੂਰੇ ਬਟਾਲੇ 'ਚ ਕਿਤੇ ਨਹੀਂ ਮਿਲੂਗਾ। ਦਿੱਲੀ ਵਾਲਾ ਰੇਟ ਲਾਉਂਦੇ ਆ ਭਾਅ ਜੀ, ਤਾਂ ਹੀ ਮੈਂ ਵੇਖ ਲਓ ਬਟਾਲੇ ਤੋਂ ਇੱਥੇ ਆਇਆ ਹੋਇਆ ਸਪੈਸ਼ਲ ਟੋਪਬੋਕਸ ਵਾਲੇ, ਫਿਟਿੰਗ ਹੁੰਦੀ ਆ, ਠੀਕ ਆ ਭਾਅ ਜੀ। ਜੋ ਆਊਗਾ ਜੋ ਵੀ ਸਾਡੇ ਨਾਮ ਤੋਂ ਕਹੂਗਾ ਉਹਨੂੰ ਡਿਸਕਾਊਂਟ ਕਰ ਦਿਓ। ਡਿਸਕਾਊਂਟ ਕਰਕੇ ਦੇਵਾਂਗੇ ਜੀ। ਕਿਸੇ ਨੇ ਵੀ ਲਵਾਉਣਾ ਹੋਵੇ ਅਤੇ ਕਿਸੇ ਕੋਈ ਫਿਟਿੰਗ ਮੋਟਰਸਾਈਕਲ ਦੀ, ਈਵਨ ਕੋਈ ਵੀ ਅਸੈਸਰੀ ਚਾਹੀਦੀ ਆ, ਤੁਸੀਂ ਇੱਥੇ ਆ ਕੇ ਵਿਜਿਟ ਕਰ ਸਕਦੇ ਹੋ ਭਾਅ ਜੀ ਕੋਲ। ਤੁਹਾਨੂੰ ਥੱਲੇ ਨੰਬਰ ਸ਼ੋਅ ਹੋ ਜੂਗਾ ਭਾਅ ਜੀ ਦਾ, ਉਹ ਨੰਬਰ 'ਤੇ ਕਾਲ ਕਰਕੇ ਤੁਸੀਂ ਪੁੱਛ ਵੀ ਸਕਦੇ ਹੋ, ਅਤੇ ਜੋ ਵੀ ਇਨਕੁਆਇਰੀ ਹੋਊਗੀ ਉਹ ਕਰ ਦਿਓ ਤੁਸੀਂ, ਠੀਕ ਆ ਜੀ। ਆਪਣਾ ਜਾਣ ਦਾ ਟਾਈਮ ਹੋ ਗਿਆ ਵਾ, ਭਾਅ ਜੀ ਨੇ ਵੀ ਦੁਕਾਨ ਢਾਹਤੀ ਆ, ਆਪਾਂ ਟੋਪ ਬੋਕਸ ਲਵਾ ਲਿਆ ਭਾਅ ਜੀ ਕੋਲੋਂ, ਠੀਕ ਆ ਜੀ। ਕਿੱਦਾਂ ਦਾ ਲੱਗਾ ਦੱਸੋ, ਸਹੀ ਲੱਗਣ ਦਿਆ ਅਤੇ ਨਹੀਂ? ਰੈਡੀ ਆ, ਫੋਨ ਮੈਂ ਇੱਥੇ ਮਾਊਂਟ ਕਰ ਲਿਆ ਵਾ, ਠੀਕ ਆ ਜੀ। ਇਹਦੇ ਨਾਲ ਦੋ ਚਾਬੀਆਂ ਮਿਲੀਆਂ ਆਪਾਂ ਨੂੰ, ਅਤੇ ਨਾਲ ਆਪਾਂ ਇੱਕ ਇੰਟਰਕੋਮ ਲਵਾਇਆ, ਠੀਕ ਆ ਭਾਅ ਜੀ ਨੇ ਦੀ ਸ਼ੋਪ 'ਤੇ ਹੀ, ਆਹ ਸ਼ੋਪ ਹੀ ਹੈ,
ਉੱਪਰ ਫੋਨ ਨੰਬਰ ਵੀ ਲਿਖਿਆ ਹੋਇਆ ਹੈਗਾ ਹਿੰਦੁਸਤਾਨ ਮੋਟਰਸਾਈਕਲ ਵਰਲਡ, ਅਤੇ ਆਹ ਭਾਅ ਜੀ ਦਾ ਫੋਨ ਨੰਬਰ ਹੀ ਹੈ, ਲਿਖ ਲਓ ਠੀਕ ਆ, ਜਿੰਨੇ ਕੁਛ ਵੀ ਕਰਾਉਣਾ ਹੋਏ ਦੁਕਾਨ ਤੋਂ। ਆਹ ਮੇਰੀ ਬਾਈਕ 'ਤੇ ਕਿੰਨੀ ਅਸੈਸਰੀ ਆ ਸਾਰੀ ਭਾਅ ਜੀ ਕੋਲੋਂ ਲੱਗੀ ਹੋਈ ਆ। ਇਹ ਉਹ ਸਾਹਮਣੇ ਸਟੇਸ਼ਨ ਹੀ ਹੈ, ਆਹ ਪੁੱਲ ਹੀ ਹੈ ਠੀਕ ਆ ਜੀ, ਇਹਨੂੰ ਥੱਲੇ ਉਤਰਨਾ ਵਾ, ਆਹ ਇੱਥੇ ਦੁਕਾਨ ਹੀ ਹੈ ਭਾਅ ਜੀ ਕੋਲ। ਆਓ ਸਮਾਨ ਲਵਾਓ, ਜੋ ਲਵਾਉਣਾ ਸਭ ਕੁਛ ਲਵਾ ਸਕਦਾ, ਵੇਖ ਲਓ ਮੇਰੀ ਬਾਈਕ 'ਤੇ ਜਿੰਨੀ ਮੋਡੀਫਿਕੇਸ਼ਨ ਹੋਈ ਸਾਰੀ ਭਾਅ ਜੀ ਕੋਲੋਂ ਹੋਈ ਆ, ਅਤੇ ਇੱਕ ਨੰਬਰ ਆ, ਕੋਈ ਕੰਪਲੇਂਟ ਨਹੀਂ ਇਹ। ਅਤੇ ਇੱਕ ਰੇਟ ਵੀ ਜਿਹੜਾ ਨਾ ਬਹੁਤ ਓਰੀਜਨਲ ਹੈਗਾ ਵਾ, ਬਹੁਤ ਹੀ ਘੱਟ ਰੇਟ 'ਤੇ ਠੀਕ ਆ ਭਾਅ ਜੀ, ਬਹੁਤ ਥੈਂਕ ਯੂ, ਮਿਲਦੇ ਫਿਰ। ਆਪਾਂ ਬਟਾਲੇ ਆਪਣੇ ਸ਼ਹਿਰ ਵਿੱਚ ਐਂਟਰ ਕਰ ਚੁੱਕੇ ਹਾਂ ਠੀਕ ਆ ਜੀ, ਹੁਣ ਇੱਥੋਂ ਆਪਾਂ ਨੂੰ ਘਰ ਜਾਂਦਾ ਹਾਰਡਲੀ 2 ਮਿੰਟ ਲੱਗਣੇ ਆ, ਅਤੇ 2 ਮਿੰਟ 'ਚ ਆਪਾਂ ਘਰ ਹੋਣਾ ਵਾ। ਅਤੇ ਠੀਕ ਆ ਜੀ, ਸਮਾਨ ਮੈਂ ਤੁਹਾਨੂੰ ਵਿਖਾ ਤਾ ਜੀ, ਇੱਕ ਆਪਾਂ ਟੋਪ ਬੋਕਸ ਲਵਾਇਆ ਠੀਕ ਆ ਜੀ, ਇੱਕ ਆਪਾਂ ਇੰਟਰਸੈਪਟਰ ਖਰੀਦਿਆ ਹੋਇਆ, ਇੰਟਰਕੋਮ ਖਰੀਦਿਆ ਵਾ। ਅਤੇ ਹੁਣ ਆਪਾਂ ਤੁਹਾਨੂੰ ਇਹ ਵਲੋਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਸੈਟਅਪ ਵੀ ਦੱਸਿਓ ਮੈਨੂੰ ਕਿੱਦਾਂ ਦੀ ਆਈ ਮੋਟੋ ਵਲੋਗਿੰਗ ਫੋਟੇਜ ਵਗੈਰਾ, ਕਿੱਦਾਂ ਦੀ ਆਈ ਹੈ, ਸਹੀ ਆਈ ਆ, ਅਤੇ ਦੱਸ ਦਿਓ ਮੈਨੂੰ ਕਿ ਵਧੀਆ ਆਈ ਆ। ਅਤੇ ਕੋਈ ਕਮੀ ਹੋਵੇ ਉਹ ਤੁਸੀਂ ਮੈਨੂੰ ਕਮੈਂਟ ਕਰ ਦਿਓ ਕਿ ਇਹ ਚੀਜ਼ ਨੂੰ ਇੰਪਰੂਵ ਕਰਨ ਦੀ ਲੋੜ ਆ, ਮੈਂ ਉਸ ਚੀਜ਼ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਪੂਰੀ ਕਰਾਂਗਾ ਠੀਕ ਆ ਜੀ। ਚਲੋ ਓਕੇ ਬਾਏ, ਮਿਲਦੇ ਤੁਹਾਨੂੰ ਆਪਣੇ ਅਗਲੇ ਵਲੋਗ 'ਚ, ਟਿਲ ਦੈਨ ਬਾਏ ਬਾਏ, ਗੁੱਡ ਨਾਈਟ।